ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਬਾਧੇ ਆਂ ਜੀ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ ਰਾਹਤ ਦੀ ਖਬਰ 10 ਰੁਪਏ ਤੱਕ ਸਸਤਾ ਹੋ ਸਕਦਾ ਹੈ ਪੈਟਰੋਲ ਸਰਕਾਰ ਨੇ ਦੱਸਿਆ ਕਦੋਂ ਘਟਣਗੀਆਂ ਕੀਮਤਾਂ ਸਾਰੇ ਦੋਸਤੋ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੇ ਲਈ ਸਰਕਾਰ ਦੇ ਵੱਲੋਂ ਤਾਜ਼ਾ ਅਪਡੇਟ ਸਾਹਮਣੇ ਆਇਆ ਹੈ ਪਿਛਲੇ ਕੁਝ ਸਮੇਂ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਦੀਆਂ ਾਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਸਰਕਾਰ ਨੇ ਇਸ ਤੇ ਆਪਣਾ ਸਪਸ਼ਟ ਜਵਾਬ ਦਿੱਤਾ ਹੈ ਪੈਟਰੋਲੀਅਮ ਸਕੱਤਰ ਦਾ ਇਹ ਵੱਡਾ ਬਿਆਨ ਪੈਟਰੋਲੀਅਮ ਸਕੱਤਰ ਪੰਕਜ ਜੈਨ ਨੇ ਵੀਰਵਾਰ ਨੂੰ ਕਿਹਾ ਕਿ ਸਿਰਫ ਦੇਖਦਿਆਂ तेला ਮਾਰਕੀਟਿੰਗ ਆ ਕੰਪਨੀਆਂ ਇਹਨਾਂ ਦੀਆਂ ਕੀਮਤਾਂ ਵਿੱਚ ਕਟੌਤੀ ਬਾਰੇ ਅੰਤਿਮ ਫੈਸਲਾ ਲੈਣਗੀਆਂ ਜੇਕਰ ਕਾਜਾ ਸਮੇਤ ਲਈ ਕਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘਟ ਰਹੇ ਹਨ ਤਾਂ ਸਰਕਾਰੀ ਤੇਲ ਕੰਪਨੀਆਂ ਕੀਮਤਾਂ ਦੇ ਵਿੱਚ ਕਟੌਤੀ ਤੇ ਵਿਚਾਰ ਕਰ ਸਕਦੀਆਂ ਹਨ ਜੈਨੈਕਾ ਟੀਵੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਕਹਿ ਕੇ ਡੀਜ਼ਲ 6 ਤੋਂ ਲੈ ਕੇ 8 ਰੁਪਏ ਤੱਕ ਸਸਤਾ ਹੋ ਸਕਦਾ ਹੈ ਤੇ ਪੈਟਰੋਲ 10 ਰੁਪਏ ਪ੍ਰਤੀ ਲੀਟਰ ਤੱਕ ਸਸਤਾ ਹੋਣ ਦੀ ਉਮੀਦ ਹੈ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਸਤੰਬਰ ਦੇ 7 ਤਰੀਕ ਨੂੰ ਵਾਧੇਗਾ ਧੀਏ ਕੇਂਦਰੀ ਕਰਮਚਾਰੀਆਂ ਦੇ ਲਈ ਇਸ ਮਹੀਨੇ ਇੱਕ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ ਕੇਂਦਰ ਸਰਕਾਰ ਇਸ ਮਹੀਨੇ ਮੰਗਾਈ ਭੱਤੇ ਧੀਏ ਵਿੱਚ ਵਾਧੇ ਦਾ ਵੱਡਾ ਐਲਾਨ ਕਰਨ ਜਾ ਰਹੀ ਹੈ ਜਿਸ ਦੇ ਨਾਲ ਲੱਖਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਵੇਗਾ ਹਰ ਸਾਲ ਜਲਾਈ ਤੋਂ ਸਤੰਬਰ ਦੇ ਦਰਮਿਆਨ ਕੇਂਦਰ ਸਰਕਾਰ ਅਧੀਨ ਕੰਮ ਕਰਦੇ ਮੁਲਾਜ਼ਮਾਂ ਧੀਏ ਦੇ ਵਿੱਚ ਵਾਦੇ ਦੀ ਅਡੀਕਾ ਕਰਦਿਆਂ ਤੇ ਇਸ ਵਾਰ ਵੀ ਉਹਨਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ ਸੱਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਇਹ ਵਾਅਦਾ ਸਾਲ ਦੇ ਵਿੱਚ ਦੋ ਵਾਰ ਕੀਤਾ ਜਾਂਦਾ ਇਸ ਵਾਰ ਦੇ ਵਾਅਦੇ ਦੇ ਨਾਲ ਲੱਖਾਂ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ ਸਰਕਾਰ ਦੇ ਐਲਾਨ ਦਾ ਇੰਤਜ਼ਾਰ 25 ਸਤੰਬਰ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਬਾਅਦ ਖਤਮ ਹੋ ਸਕਦਾ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜੁੜੇ শ্রোਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਤੋਂ ਘੰਟਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੈਟਲਾਈਟ ਰਾਹੀਂ ਮਿਲੀ ਪ੍ਰਾਲੀ ਸਾੜਨ ਦੀ ਲੋਕੇਸ਼ਨਾਂ ਕਿਸਾਨ ਤੇ ਕੇਸ ਦਰਜ ਤਾਂ ਦੋਸਤੋ ਤਰਨ ਤਰਨ ਦੇ ਪੈਂਡਾ ਚਾਕਾ ਕਰੇ ਖਾਂ ਬਿਖੇ ਪ੍ਰਾਲੀ ਨੂੰ ਅੱਗ ਲਗਾਏ ਜਾਣ ਦੀ ਘਟਨਾ ਸੈਟਲਾਈਟ ਰਾਹੀਂ ਮਿਲਣ ਦੇ ਨੋਡਲ ਅਫਸਰ ਦੇ ਵੱਲੋਂ ਜਾਂਚ ਕਰਨ ਦੇ ਉਪਰੰਤ ਥਾਣਾ ਬੈਰੋਵਾਲ ਦੇ ਪੁਲਿਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੇ ਉਲੰਘਣਾ ਕਰਨ ਦੇ ਸਬੰਧੀ ਇਹ ਕਿਸਾਨ ਦੇ ਉੱਪਰ ਆ ਕੇ ਸਦਾਰਜ ਕੀਤਾ ਹੈ ਗੁਰਜੀਤ ਸਿੰਘ ਸਰਬੇਰ ਭੂਮੀ ਤੇ ਜਲ ਸੰਭਾਲ ਵਿਭਾਗ ਆ ਫਡੂਰਾ ਸਾਹਿਬ ਨੇ ਥਾਣਾ ਬੈਰੋਬਾਲ ਵੇਖੇ ਦਿੱਤੀ ਸੂਚਨਾ ਦੇ ਵਿੱਚ ਆ ਦੱਸਿਆ ਕਿ 15 ਸਤੰਬਰ ਨੂੰ ਪੀ ਆਰ ਐਸ ਐਲ ਸੀ ਲੁਧਿਆਣਾ ਨੇ ਪਰਾਲੀ ਸਾੜਨ ਸੰਬੰਧੀ ਇੱਕ ਲੋਕੇਸ਼ਨ ਭੇਜੀ ਸੀ ਜਿਹਦੇ ਪੜਤਾਲ ਕਰਦਿਆਂ ਉਹਨਾਂ ਨੇ ਮੌਕਾ ਵੇਖਿਆ ਤਾਂ ਉੱਥੇ ਝੁੰਨੇ ਦੇ ਪਰਾਲੀ ਨੂੰ ਸਾੜਿਆ ਪਾਇਆ ਗਿਆ ਉੱਥੇ ਮੌਜੂਦਾ ਲੋਕਾਂ ਨੇ ਦੱਸਿਆ ਕਿ ਇਹ ਖੇਤ ਨਵਦੀਪ ਪਾਸੰਗਾ ਪੁੱਤਰ ਪਰਮਜੀਤ ਸੰਗਾ ਵਾਸੀ ਜਾਕਾ ਕਰੇ ਖਾਂਦਾ ਹੈ ਤਾਂ ਦੂਜੇ ਪਾਸੇ ਥਾਣਾ ਬੈਰੋ ਬਲਦੇ ਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਅਕਤਾ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਨਵਦੀਪ ਸਿੰਘ ਨੂੰ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਦੀ ਧਾਰਾ 223 ਦੇ ਤਹਿਤ ਨਾਮਜ਼ਦਆ ਕਰ ਲਿਆ ਗਿਆ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ ਗੈਂਗਸਟਰਾਂ ਦੇ ਨਿਸ਼ਾਨਾ ਤੇ ਆਏ ਪੰਜਾਬੀ ਗਾਇਕ ਆਰਨੇਤਾ ਕੌਲਕਰ ਲੋਰੈਂਸ ਦੇ ਨਾਂ ਤੇ ਮੰਗੇ ਗਏ ਪੈਸੇ ਤਾਂ ਦੋਸਤੋ ਪੰਜਾਬੀ ਸਿਨੇਮਾ ਜਗਤ ਵਿੱਚ ਅਜੇ ਕਈ ਸtare ਹਨ ਜਿਨ੍ਹਾਂ ਨੂੰ ਗੈਂਗਸਟਰਾਂ ਦੇ ਵੱਲੋਂ ਕਈ ਵਾਰ ਧਮਕੀਆਂ ਮਿਲੀਆਂ ਹਨ ਹਾਲਾਂਕਿ ਮਸ਼ਹੂਰਾ ਗਾਇਕ ਸੁਦਮੁਸ ਬੜਾ ਦੇ ਕਤਲ ਤੋਂ ਬਾਅਦ ਵੀ ਇਹ ਸਿਲਸਲਾ ਲਗਾਤਾਰ ਜਾਰੀ ਹੈ ਅਤੇ ਅੱਜ ਵਿਚਾਲੇ ਸੰਗੀਤ ਜਗਤੋਂ ਇੱਕ ਹੋਰ ਹੈਰਾਨ ਕਰਨ ਵਾਲੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪ੍ਰਸ਼ੰਸਕਾਂ ਦੇ ਹੋਸ਼ ਉਡਾ ਦਿੱਤੇ ਹਨ ਦਰਸਾਲਾ ਹੁਣ ਪੰਜਾਬੀ ਗਾਇਕ ਆਰਨੇਤ ਨੂੰ ਧਮਕੀ ਭਰਿਆ ਇੱਕ ਫੋਨ ਕਾਲ ਆਇਆ ਹੈ ਅਤੇ ਕਰੀਬ 1 ਕਰੋੜ ਰੁਪਏ ਤੱਕ ਦੇ ਫਰੋਤੇ ਮੰਗੇ ਗਈਆ ਆਰਨੇਦ ਨੂੰ ਕਾਫੀ ਸਮੇਂ ਤੋਂ ਅਜਿਹੇ ਕਾਲਾਂ ਆ ਰਹੀਆਂ ਸਨ ਇਸ ਸਬੰਧੀ ਆਰਨੇਦ ਦੀ ਟੀਮ ਨੇ ਪੰਜਾਬ ਪੁਲਿਸ ਨੂੰ ਹੁਣ ਸ਼ਿਕਾਇਤ ਦਾ ਦਰਜ ਕਰਵਾਈ ਹੈ ਪੁਲਿਸ ਨੇ ਅਕਤੂਬਰ ਨੂੰ ਨੰਬਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਨੋਂ ਮਾਰਨ ਦੇ ਮਿਲੇ ਧਮਕੀ ਜਾਣਕਾਰੀ ਦੇ ਲਈ ਦੱਸਦੇ ਕਿ ਪੰਜਾਬੀ ਗਾਇਕ ਆਰਨੇਦ ਦੇ ਮੈਨੇਜਰ ਰਵਿੰਦਰਪਾਲ ਸਿੰਘ ਦੇ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਉਸ ਨੂੰ ਬਾਰ-ਬਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਕਾਲ ਆ ਰਹੇ ਹਨ ਤੇ ਜੱਸ ਬੈਚਾ ਕਹਜਾ ਹਰ ਰਿਕਾਰਡਿੰਗ ਵੀ ਭੇਜੀ ਗਈ ਹੈ ਜਿਸ ਵਿੱਚ ਉਹ ਫਰੋਤੇ ਦੇ ਮੰਗਾ ਕਾਰਿਆਂ ਕੇ ਕਿਹਾ ਜਾ ਰਿਹਾ ਹੈ ਕਿ ਜੇਕਰ ਫਰੋਤੇ ਦੇ ਰਾਕਮ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਉਹ ਜਾਣ ਤੋਂ ਮਾਰ ਦੇਣਗੇ ਪੀਐਮ ਮੋਦੀ ਆਪਣੇ ਜਨਮ ਦਿਨ ਦੇ ਮੌਕੇ ਤੇ ਔਰਤਾਂ ਨੂੰ ਦੇਣਗੇ ਵੱਡਾ ਤੋਹਫਾ ਹਰ ਔਰਤ ਦੇ ਖਾਤੇ ਦੇ ਵਿੱਚ ਪਾਏ ਜਾਣਗੇ 5000 ਰੁਪਏ ਜਾਣੋ ਕਦੋਂ ਤਾਂ ਦੋਸਤੋ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਤੇ ਪ੍ਰਧਾਨ ਮੰਤਰੀ ਮੋਦੀ 74 ਸਾਲ ਦੇ ਹੋ ਗਏ ਹਨ ਉਹਨਾਂ ਦਾ ਜਨਮ 17 ਸਤੰਬਰ 1950 ਨੂੰ ਹੋਇਆ ਸੀ ਆਪਣੇ ਜਨਮ ਦਿਨ ਦੇ ਮੌਕੇ ਤੇ ਪ੍ਰਧਾਨ ਮੰਤਰੀ 오ਡੀਸਾ ਸਰਕਾਰ ਦੀ ਇੱਕ ਜੋਇਨਾ ਸਬੋਧਰਾ ਜੋਨਾ ਦੀ ਸ਼ੁਰੂਆਤ ਕਰਨਗੇ ਇਹ ਜੋਇਨਾ ਖਾਸ ਕਰਕੇ ਔਰਤਾਂ ਦੇ ਲਈ ਆ ਤੇ ਇਹਦੇ ਤਹਿਤ ਸਰਕਾਰ ਸਾਲ ਦੇ ਵਿੱਚ ਆ ਦੋ ਬਾਰ ਮਹਿਲਾ ਲਾਭਪਾਤਰੀਆਂ ਦੇ ਖਾਤਿਆਂ ਵਿੱਚ 5-5000 ਰੁਪਏ ਪਾਵੇਗੀ ਜਾਨੀ ਕਿ ਇੱਕ ਸਾਲ ਦੇ ਵਿੱਚ ਆ ਉਹਨਾਂ ਦੇ ਖਾਤਿਆਂ ਵਿੱਚ ਆ 10000 ਰੁਪਏ ਟਰਾਂਸਫਰ ਕੀਤੇ ਜਾਣਗੇ ਆਉ ਜਾਣਦੇ ਆ ਕਿ ਇਹ ਸਕੀਮਾ ਕਿਵੇਂ ਕੰਮ ਕਰੇਗੀ 21 ਤੋਂ 60 ਸਾਲਾਂ ਦੀ ਔਰਤਾਂ ਨੂੰ ਮਿਲੇਗਾ ਇਹ ਵੱਡਾ ਫਾਇਦਾ ਸੁਭਦਰਾ ਜੋਇਨਾ ਉਡੀਸਾ ਸਰਕਾਰ ਦੀ ਇੱਕ ਨਵੀਂ ਜੋਇਨਾ ਅਤੇ ਜਿਹਦੇ ਤਹਿਤ ਰਾਜ ਦੇ ਵਿੱਚ 21 ਤੋਂ ਲੈ ਕੇ 60 ਸਾਲ ਦੀਆਂ ਔਰਤਾਂ ਦੇ ਖਾਤਿਆਂ ਵਿੱਚ ਪ੍ਰਤੀ ਸਾਲ 10000 ਰੁਪਏ ਪਾਏ ਜਾਣਗੇ। ਭਾਵ 5 ਸਾਲਾਂ ਦੇ ਵਿੱਚ ਐਸਾ ਜੋਇਨਾ ਦੇ ਤਹਿਤ ਮਹਿਲਾ ਲਾਪਤਾਰਾਂ ਨੂੰ ਕੁੱਲ 50000 ਰੁਪਏ ਦੀ ਬੇਤੇ ਸਹਾਇਤਾ ਦਿੱਤੀ ਜਾਵੇਗੀ। ਉਡੀਸਾ ਦੇ ਮੰਤਰੀ ਮੋਹਨ ਚਰਨ ਮਾਜੀ ਅੱਜ ਪਰ 당 ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਮੌਕੇ ਤੇ ਐਸਾ ਜੋਇਨਾ ਨੂੰ ਲਾਂਚ ਕਰਨ ਜਾ ਰਹੇ ਹਾਂ ਤੇ ਖਾਸ ਗੱਲ ਇਹ ਹੈ ਕਿ ਐਸਾ ਜੋਇਨਾ ਦਾ ਨਾਂ 오ਡੀਸ਼ਾ ਦੇ ਇਸਤ ਦੇਵਾ ਭਗਵਾਨ ਜਗਨਨਾਥ ਦੀ ਛੋਟੀ ਪੈਣ ਸਬੁਧਰਾ ਦੇ ਨਾਂ ਤੇ ਰੱਖਿਆ ਗਿਆ ਹੈ 1 ਅਕਤੂਬਰ ਤੱਕ ਪਟਿਆਲਾ ਜ਼ਿਲ੍ਹੇ ਦੇ ਵਿੱਚ ਰਹਿਣਗੇ ਮਲਵਿੰਦਰ ਸੰਘਾ ਮਾਲੀ ਮੁਹਾਲੀ ਅਦਾਲਤ ਨੇ ਦਿੱਤੇ ਇਹ ਹੁਕਮ ਤਾਂ ਉਸ ਤੋਂ ਮੁਹਾਲੀ ਅਦਾਲਤ ਨੇ ਨਵਜੋਤ ਸੰਘਾ ਸਿੱਧੂ ਦੇ ਸਿਆਸੀ ਸਲਾਹਕਾਰ ਮਲਵਿੰਦਰ ਸੰਘਾ ਮਾਲੀ ਨੂੰ 1 ਅਕਤੂਬਰ ਤੱਕ ਪਟਿਆਲਾ ਜਿਲ੍ਹੇ ਦੇ ਬੇਚ ਰੱਖਣ ਦੇ ਤਾਜ਼ਾ ਹੁਕਮ ਦਿੱਤੇ ਗਏ ਹਨ ਮਲਵਿੰਦਰ ਸੰਘਾ ਮਾਲੀ ਨੂੰ ਇੱਕ ਮਾਮਲੇ ਦੇ ਬੇਚਿਆ ਗ੍ਰਫਤਾਰ ਕੀਤਾ ਗਿਆ ਸੀ ਜਿਸ ਨੇ ਰਾਜਨੀਤਿਕ ਕਾ ਗੇੜੇ ਨੂੰ ਉਤੇਜਾਤਾ ਕੀਤਾ ਮਲਵਿੰਦਰ ਸੰਘਾ ਮਾਲੀ ਦੀ ਗ੍ਰਫਤਾਰੀ ਤੋਂ ਬਾਅਦ ਭਰਾ ਰਣਜੀਤ ਸੰਘਾ ਗਰੇਵਾਲ ਨੇ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਗਰੇਵਾਲ ਨੇ ਮਲਵਿੰਦਰ ਸੰਘਾ ਮਾਲੀ ਦੀ ਗ੍ਰਫਤਾਰੀ ਨੂੰ ਅਣਉਚਿਤ ਅਤੇ ਸਿਆਸੀ ਦਬਾਅ ਦਾ ਨਤੀਜਾ ਕਿਹਾ ਹੈ ਐਰੋ ਸਿਟੀ ਦੇ ਗਾਂ ਸੇਵਕ ਅਮਿਤ ਜੈਨ ਦੇ Hindu ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦੇ ਦੋਸ਼ ਦੇ ਨਾਲ ਗ੍ਰਿਫਤਾਰ ਕੀਤੇ ਗਏ ਅਮਿਤ ਜੈਨ ਦੇ ਖਿਲਾਫ ਕੇਸ ਇੱਕ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰੀ ਕੀਤੀ ਗਈ ਇਹ ਮਾਮਲਾ ਹੁਣ ਸਥਾਨਕ ਅਧਿਕਾਰੀਆਂ ਦੇ ਦੁਆਰਾ ਜਾਂਚਿਆ ਜਾ ਰਿਹਾ ਹੈ ਮੌਜੂਦਾ ਕਾਰਜਕਾਲ ਦੌਰਾਨ ਹੀ ਇੱਕ ਰਾਸ਼ਟਰ ਇੱਕ ਚੋਣ ਲਾਗੂ ਕਰਨ ਦੀ ਯੋਜਨਾ ਅਮਿਤ ਸ਼ਾ ਤਾਂ ਦੋਸਤੋ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਆਪਣੇ ਮੌਜੂਦਾ ਕਾਰਜਕਾਲ ਦੌਰਾਨ ਇੱਕ ਰਾਸ਼ਟਰ ਇੱਕ ਚੋਣ ਲਾਗੂ ਕਰੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਦੇ ਮੌਕੇ ਤੇ ਇੱਕ ਆਪਾਤਰ ਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਅਸੀਂ ਐਸਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੀ ਇੱਕ ਰਾਸ਼ਟਰ ਇੱਕ ਚੋਣ ਦੀ ਪ੍ਰਣਾਲੀ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਾਂ ਪ੍ਰੈਸ ਕਾਨਫਰੰਸ ਵਿੱਚ ਅਮਿਤ ਸ਼ਾਹ ਦੇ ਨਾਲ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਬਨੀ ਵੈਸ਼ਨਵ ਵੀ ਮੌਜੂਦ ਸਨ ਪਿਛਲੇ ਮਹੀਨੇ ਸਵਤੰਤਰਤਾ ਦਿਵਸ ਦੇ ਮੌਕੇ ਤੇ ਆਪਣੇ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਰਾਸ਼ਟਰ ਇੱਕ ਚੋਣ ਦੀ ਜ਼ੋਰਦਾਰ ਬਕਾਲਤ ਕੀਤੀ ਸੀ ਅਤੇ ਕਿਹਾ ਸੀ ਕਿ ਲਗਾਤਾਰ ਚੋਣਾਂ ਦੇਖਦੇ ਤਰੱਕੀ ਰਵੈਚ ਰਕਾਵਟ ਬਣ ਰਹੀਆਂ ਹਨ ਮੋਦੀ ਨੇ ਲਾਲ ਕਿਲੇ ਤੋਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਸੀ ਕਿ ਵਦੇਸ਼ ਨੂੰ ਇੱਕ ਰਾਸ਼ਟਰ ਇੱਕ ਚੋਣ ਦੇ ਲਈ ਅੱਗੇ ਆਉਣਾ ਹੋਵੇਗਾ ਇੱਕ ਰਾਸ਼ਟਰ ਇੱਕ ਚੋਣਾ ਪਾਏ ਪਾ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਲਈ ਆਪਣੇ ਚੋਣਾਂ ਮਨੋਰਥਾ ਪੱਤਰ ਦੇ ਵਿੱਚ ਕੀਤੇ ਗਏ ਮੁੱਖ ਵਾਅਦਿਆਂ ਵਿੱਚੋਂ ਇੱਕ ਹੈ ਕਿਸਾਨਾਂ ਨੂੰ ਆਪਣੇ ਖਰਚੇ ਦੇ ਉੱਤੇ ਵਿਦੇਸ਼ ਭੇਜੇਗੀ ਸਰਕਾਰ 25 ਸਤੰਬਰ ਤੱਕ ਮੰਗੀਆਂ ਅਰਜ਼ੀਆਂ ਤਾਂ ਦੋਸਤੋ ਰਾਜਸਥਾਨ ਸਰਕਾਰ ਸੂਬੇ ਦੇ 109 ਬਾਨਾ ਅਤੇ ਅਗਾਹ ਬਦੋ ਕੇ ਕਿਸਾਨਾਂ ਨੂੰ ਸਖਲਾਈ ਦੇ ਲਈ ਵਿਦੇਸ਼ ਭੇਜੇਗੀ ਨਵੇਂ ਬਾਣਾ ਆਗਾਂਬਦੂ ਕਿਸਾਨ 25 ਸਤੰਬਰ ਤੱਕ ਆਪਣੇ ਨਜ਼ਦੀਕੀ ਈ-ਮਤਰਾ ਕੇਂਦਰ ਦੇ ਰਾਹੀਂ ਰਾਜ ਕਿਸਾਨ ਸਾਥੀ ਪੋਰਟਲ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ ਪ੍ਰੋਗਰਾਮ ਦੇ ਸਬੰਧੇ ਜਾਣਕਾਰੀ ਲਈ ਕਿਸਾਨ ਖੇਤੀਬਾੜੀ ਬਾਗਬਾਨੀ ਅਤੇ ਪਸ਼ੂ ਪਾਲਣ ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਹਨ ਖੇਤੀਬਾੜੀ ਸੈਕਟਰ ਦੇ ਵਿੱਚ ਸਖਲਾਈ ਲਈ ਅਪਲਾਈ ਕਰਨ ਵਾਲੇ ਕਿਸਾਨਾਂ ਦੀ ਉਮਰ 55 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਕੋਲ ਇੱਕ ਵੈਧ ਪਾਸਪੋਰਟ ਹੋਣਾ ਚਾਹੀਦਾ Rajasthan ਸਰਕਾਰ ਨੇ ਸਾਲ 2024-25 ਦੇ ਬਜਟ ਦੇ ਵਿੱਚ ਜਾਣਕਾਰੀ ਵਧਾਉਣ ਦਾ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਪੰਜਾਬ ਦਾ ਇਹ ਸ਼ਹਿਰ ਮਕੰਮਲ ਤੌਰ ਦੇ ਉੱਤੇ ਬੰਦ ਤਾਂ ਦੋਸਤੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਨੇ ਹੇਠ ਹਿੰਦੂ ਜੱਥੇਬੰਦਾਂ ਨੇ ਨਾਬਾ ਸ਼ਹਿਰ ਨੂੰ ਪੂਰਨ ਤੌਰ ਦੇ ਉੱਤੇ ਬੰਦ ਕਰਕੇ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਬੀਤੇ ਦਿਨੀ 22 ਤੋਂ ਪਹਿਲਾਂ ਨਗਰ ਕੌਂਸਲ ਨਾਬਾ ਦੇ ਬਲੋ ਧਾਰਮਿਕ ਜੱਥੇਬੰਦਾਂ ਦੇ ਬੋਰਡ ਹਟਾਰ ਕੇ ਕਥਾਤਾ ਤਾਰ ਦੇ ਉੱਤੇ ਕੂੜੇ ਵਾਲੀ ਟਰਾਲੀ ਦੇ ਵਿੱਚ ਰੱਖ ਦਿੱਤੇ ਗਏ ਸੀ। ਤਿਹਾਰ ਤੋਂ ਬਾਅਦ ਸੋਮਵਾਰ ਸਵੇਰੇ ਵਪਾਰ ਮੰਡਲ ਦੇ ਅਗਵਾਇਦ ਹੇਠਾ ਵੱਡੀ ਗੰੰਤ ਦੇ ਵਿੱਚ ਜਾਂ ਹਿੰਦੂ ਸਮਾਜ ਦੇ ਲੋਕਾਂ ਦੇ ਵੱਲੋਂ ਸਥਾਨਕ ਦੇਵੀ ਦਿয়াল ਚੌਕ ਮੰਦਰ ਵਿਖੇ ਇਕੱਠੇ ਹੋਏ ਅਤੇ ਆਪ ਆਗੂ ਪੰਕਾ ਜਾਂ ਪਪੂਰੇ ਖਿਲਾਫ ਰੋਸ ਪ੍ਰਗਟਾਵਾ ਕੀਤਾ ਗਿਆ। ਉਹਨਾਂ ਦੇ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਜਾਵੇ। ਇਸ ਮਸਲੇ ਦੇ ਉੱਤੇ ਬੋਲਦੇ ਹੋਏ ਹਿੰਦੂ ਸਮਾਜ ਦੇ ਲੋਕਾਂ ਦਾ ਕਹਿਣਾ ਹੈ ਕਿ ਭਗਵਾਨਾਂ ਬਾਵੰਦੀਆਂ ਤਸਵੀਰਾਂ ਨੂੰ ਨਗਰ ਕੌਂਸਲਰ ਨਾਬਾ ਦੀ ਕੂੜੇ ਵਾਲੀਆਂ ਟਰਾਲੀਆਂ ਦੇ ਵਿੱਚ ਸੁੱਟਿਆ ਗਿਆ ਜਿਸ ਦੇ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗੀ ਹੈ। ਉਹਨਾਂ ਨੇ ਕਹਿ ਕੇ ਅਸੀਂ ਮੰਗ ਕਰਦੇ ਆ ਕਿ ਪੰਕਜ ਆ ਪੱਪੂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਸ ਉੱਤੇ ਮਾਮਲਾ ਦਰਜ ਕੀਤਾ ਜਾਵੇ। ਸਮਾਜ ਨੇ ਕਹਿ ਕੇ ਜੇਕਰ ਹੁਣ ਵੀ ਪ੍ਰਸ਼ਾਸਨ ਉਹਨਾਂ ਦੀ ਸ਼ਿਕਾਇਤ ਉੱਤੇ ਕਾਰਵਾਈ ਨਹੀਂ ਕਰਦਾ ਤਾਂ ਇਹ ਸਰੋਸ਼ਾ ਧਾਰਨੇ ਨੂੰ ਅੱਗੇ ਹੋਰਾਂ ਤੇਜ਼ਆ ਕੀਤਾ ਜਾਵੇਗਾ। ਜਹਤੇ ਜ਼ਿੰਮੇਵਾਰੀ ਪੁਲਿਸ ਆਪਰ ਸ਼ਾਸਨ ਦੇ ਹੋਵੇਗੀ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸ਼ਹਿਰਾਂ ਦੇ ਵਿੱਚ ਵੀ ਧਰਨੇ ਲਗਾਏ ਜਾਣਗੇ ਤੇ ਪੰਜਾਬ ਬੰਦ ਦੇ ਕਾਲ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਖੇਤੀ ਨੀਤੀ ਦਾ ਖਰੜਾ ਸੂਬੇਦਾਨਾ ਕਿਸਾਨ ਜੱਟ ਬੰਨਿਆਂ ਦੇ ਨਾਲ ਸਾਂਝਾ ਕਰਕੇ ਉਹਨਾਂ ਤੋਂ ਮੰਗੇ ਗਏ ਸੁਝਾ ਜੀ ਆ ਦੋਸਤੋ ਪੰਜਾਬ ਸਰਕਾਰ ਨੇ ਆਪਣੇ ਖੇਤੀ ਨੀਤੀ ਤਿਆਰ ਕਰ ਲਈ ਹੈ ਸਰਕਾਰ ਨੇ ਪੰਜਾਬ ਦੀ ਖੇਤੀ ਨੀਤੀ ਦਾ ਖਰੜਾ ਸੂਬੇਦਾਨਾ ਕਿਸਾਨ ਜੱਟ ਬੰਨਿਆਂ ਦੇ ਨਾਲ ਸਾਂਝਾ ਕਰਕੇ ਉਹਨਾਂ ਤੋਂ ਸੁਝਾ ਮੰਗੇ ਗਏ ਹਨ ਖੇਤੀ ਨੀਤੀ ਦੇ ਖਾੜੇ ਦਾ ਫੈਸਲਾ ਪਿਛਲੇ ਹਫਤੇ ਪੰਜਾਬ ਪਵਨ ਵਿਖੇ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਦੇ ਦਰਮਿਆਨ ਹੋਈ ਮੀਟਿੰਗ ਦੇ ਦੌਰਾਨ ਕੀਤਾ ਗਿਆ। ਐਸਾ ਨੀਤੀ ਨੂੰ ਕਿਸਾਨਾਂ ਅਤੇ ਐਸਾ ਖੇਤਰ ਦੇ ਮਾਹਿਰਾਂ ਦੀ رائے ਲੈ ਕੇ ਹੀ ਲਾਗੂ ਕੀਤਾ ਜਾਵੇਗਾ। ਨੀਤੀ ਬਣਾਉਂਦੇ ਸਮੇਂ ਕਿਸਾਨਾਂ ਦੇ ਨਾਲ ਜੁੜੇ ਹਰ ਮੁੱਦੇ ਨੂੰ ਛੂੰਹਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਵੱਡਾ ਫਾਇਦਾ ਹੋ ਸਕੇ। ਛੋਟੇ ਕਿਸਾਨਾਂ ਦੇ ਲਈ ਕਰਜ਼ਾ ਮਾਫ਼ੀ ਯੋਜਨਾ ਤਿਆਰ ਕਰਨ ਦਾ ਵਿਚਾਰ ਵੀ ਖਾੜੇ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਲਸੀ ਦੇ ਬਾਰੇ ਅਤੇ ਔਰਤਾਂ ਦੇ ਹੱਲ ਵੀ ਧਿਆਨ ਦਿੱਤਾ ਗਿਆ ਹੈ ਇਸ ਵਿੱਚ ਇਹ ਕਿਹਾ ਗਿਆ ਕਿ ਔਰਤਾਂ ਨੂੰ ਜ਼ਮੀਨ ਦੇ ਮਾਲਕੀ ਹੱਕਾ ਦੇਣ ਦੇ ਲਈ ਵੀ ਵਿਕਲਪਾਂ ਦੀ ਖੋਜ ਆ ਕੀਤੀ ਜਾਣੀ ਚਾਹੀਦੀ ਹੈ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਠੇਕੇ ਤੇ ਲੈ ਕੇ ਖੇਤੀ ਕਰਨ ਵਾਲੀਆਂ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਦਾ ਮੌਨਸੂਨ ਐਸ਼ਾਸ਼ਨਾ ਸ਼ੁਰੂ ਹੋਇਆ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਦੇ ਵੱਲੋਂ ਚੰਡੀਗੜ੍ਹ ਦੇ ਬੈਚਾ ਮੋਰਚਾ ਲਾਇਆ ਗਿਆ ਇਹ ਮੁੱਦਾ ਪੰਜਾਬ ਵਿਧਾਨ ਸਭਾ ਦੇ ਵਿੱਚ ਚ ਉਠਾਇਆ ਗਿਆ ਸੀ ਉਸ ਤੋਂ ਬਾਅਦ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੰਘਾਮਾਨ ਨੇ ਪੰਜਾਬ ਪਾਪਨ ਬੇਕੇ ਕਿਸਾਨਾਂ ਦੇ ਨਾਲ ਕਰੀਬਾ 2.5 ਘੰਟੇ ਮੀਟਿੰਗ ਕੀਤੀ। ਉਹਨਾਂ ਨੇ ਇਹ ਵੀ ਪ੍ਰੋਸਾ ਦਿੱਤਾ ਕਿ ਖੇਤੀ ਨੀਤੀ 30 ਸਤੰਬਰ ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ। ਇਸ ਦੌਰਾਨ ਹੋਰ ਵੀ ਕਈ ਮੁੱਦਿਆਂ ਤੇ ਚर्चा ਹੋਈ। ਨਵੀਂ ਖੇਤੀ ਨੀਤੀ ਦੇ ਖਾੜ ਦੇ ਬੇਚਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਸਵੇਰੇ ਵਿੱਚ ਪਾਣੀ ਬਚਾਓ, ਪੈਸਾ ਕਮਾਓ ਸਕੀਮਾਂ ਸ਼ੁਰੂ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਇਸਾ ਸਕੀਮ ਦੇ ਤਹਿਤ ਪਾਣੀ ਦੀ ਬਚਾਅਤਾ ਕਰਨ ਵਾਲੇ ਕਿਸਾਨਾਂ ਨੂੰ ਨਕਦ ਦਾ ਇਨਾਮ ਦਿੱਤੇ ਜਾਣਗੇ ਇਸ ਤੋਂ ਇਲਾਵਾ ਸੂਬੇਰ ਵਿੱਚ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪੈਨਸ਼ਨ ਦੇ ਪੇਸ਼ਕਸ਼ ਵੀ ਕੀਤੀ ਗਈ ਹੈ ਇਹ ਖਾੜਾ ਸੁਭਾ ਸਰਕਾਰ ਦੇ ਵੱਲੋਂ ਕਿਸਾਨ ਜਥੇਬੰਦੀਆਂ ਅਤੇ ਹੋਰਨਾਂ ਨੂੰ ਸੁਝਾਵਾਂ ਦੇ ਲਈ ਭੇਜਿਆ ਗਿਆ ਤੇ ਜਿਸ ਨੂੰ ਬਾਅਦ ਦੇ ਵਿੱਚ ਲਾਗੂ ਕੀਤਾ ਜਾਵੇਗਾ